ਸ਼ਿਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਮਨਾਸ਼ੀਨ ਸਾਹਿਬ ਵਲੌਗ ਦੇ ਵਿੱਚ। ਅਤੇ ਅੱਜ ਚਾਚਾ ਜੀ ਦੀ ਹੋ ਗਈ ਮੋਨੀਟਰਾਈਜੇਸ਼ਨ ਔਨ, ਅਤੇ ਆਪਾਂ ਚਾਚਾ ਜੀ ਨੂੰ ਵਧਾਈਆਂ ਦੇ ਕੇ ਆਉਂਦੇ ਹਾਂ। ਅਤੇ ਪਹਿਲਾਂ ਮੈਨੂੰ ਹਲੇ ਕੰਮ ਆ ਅਤੇ ਅਮਰਗੜ੍ਹ, ਪਹਿਲਾਂ ਅਮਰਗੜ੍ਹ ਜਾ ਕੇ ਆਉਂਦੇ ਹਾਂ ਅਤੇ ਗੱਡੀ ਸਟਾਰਟ ਕਰਦੇ ਹਾਂ ਹੁਣ ਪਹਿਲਾਂ, ਫਿਰ ਚੱਲਦੇ ਹਾਂ ਅਮਰਗੜ੍ਹ ਨੂੰ ਕੰਮ ਜੇ ਤੀ ਦੋ ਕੋ। ਅੱਗੇ ਗੱਡੀ ਆਪਾਂ ਸਟਾਰਟ ਕਰ ਲਈ, ਹਾਂ, ਅਤੇ ਬਸ ਹੁਣ ਚੱਲਦੇ ਹਾਂ ਅਮਰਗੜ੍ਹ ਨੂੰ, ਅਤੇ ਆ ਕੇ ਮਿਲਦਾ ਤੁਹਾਨੂੰ ਮੈਂ। ਫਿਰ ਚਾਚਾ ਜੀ ਲਵੇ ਚੱਲਦੇ ਹਾਂ। ਆ ਗਏ ਆਪਾਂ ਚਾਚਾ ਜੀ ਲਵੇ, ਟਰੈਕਟਰ ਦਾ ਕੰਮ ਚੱਲ ਰਿਹਾ ਅਤੇ ਚਾਚਾ ਜੀ ਬਣਾ ਬੈਠਾ ਜੈਕੀ ਵਲੌਗ ਬਣਾ ਰਹੇ ਨੇ ਚਾਚਾ ਜੀ। ਸਤਿ ਸ਼੍ਰੀ ਅਕਾਲ ਜੀ, ਹਾਂ ਕਿੰਨੇ ਆ ਵਲੌਗਰ ਸਾਹਿਬ? ਵਧੀਆ ਵਧੀਆ, ਵਧਾਈਆਂ ਤੁਹਾਨੂੰ, ਤੈਨੂੰ ਵੀ ਬਹੁਤ ਬਹੁਤ। ਮੈਂ ਟਰੈਕਟਰ ਦਾ ਕੰਮ ਚੱਲ ਰਿਹਾ ਜੀ, ਬਸ ਕਸਿਆ ਗਿਆ ਹੁਣ ਤਾਂ, ਹੁਣ ਕੰਮ ਕਰਾ ਕੇ ਲੈ ਕੇ ਆਉਣਾ ਯਾਰ ਇਹਦਾ। ਘੁੱਗੀ ਜੀ ਤੋਂ ਖਰਾਬ ਹੈ ਇਹਦੀ, ਉਹ ਠੀਕ ਕਰਵਾ ਕੇ ਲੈ ਕੇ ਆਉਣੀ ਆ। ਅੱਛਾ ਜੀ, ਹਾਂ, ਫਿਰ ਹੁਣ ਕੰਮ ਕਰਵਾ ਕੇ, ਕਿਉਂ ਸੀਜ਼ਨ ਦਾ ਟਾਈਮ ਆ ਹੁਣ, ਤਾਰਾਂ ਤੂਰਾਂ ਵੀ ਗਾਇਬ ਹੁੰਦੀਆਂ ਪਈਆਂ ਨੇ, ਇਹ ਲੈ ਕੇ ਚਲੇ ਗਏ ਸੀ ਕੋਈ, ਉਹਨੇ ਤਾਰਾਂ ਤੂਰਾਂ ਸਾਰੀਆਂ, ਹੁਣ ਇਹਦੀ ਫਿਰ ਫਿਟਿੰਗ ਚੰਗੀ ਤਰ੍ਹਾਂ ਕਰਵਾ ਦਿੰਦੇ ਹਾਂ। ਅਤੇ ਗੂਗਲ ਤਾਂ ਆਪਣਾ ਵਧੀਆ, ਗੂਗਲ 'ਤੇ ਨਾ ਪਿੱਛੇ ਆਪਾਂ ਟੇਪ ਸਟਿੱਕਰ ਲਵਾਵਾਂਗੇ ਲਾਏ ਦਾ ਇੱਥੇ, ਫਿਰ ਉਹ ਜਿੱਦਾਂ ਲਿਖਾਂ ਸਟੀਕਰ ਲੱਗਿਆ ਸੋਹਣਾ ਵਾ ਲੱਗੂ। ਹਾਂ, ਓਰਿਜਨਲ ਹੁੱਕ ਕਰਕੇ ਨਾ ਪੁਟਿੰਗ ਟੁੱਟਣ ਵਾਲੀ ਨਹੀਂ ਹੈਗੀ, ਮੈਂ ਤਾਂ ਗੰਨਾ ਵੀ ਸਾਰਾ ਢੋਤਾ ਜਾਣੀ, ਕੋਈ ਇਹਨੂੰ ਕਦੇ ਪ੍ਰੋਬਲਮ ਨਹੀਂ ਆਈ। ਹੁੱਕ ਭਾਰੀ ਬਹੁਤ ਹੈ ਦੇਖਣ ਨੂੰ, ਐਂ ਮਤਲਬ ਪਤਲੀ ਆ, ਚਾਹ ਪੀ ਲੈਂਦੇ ਪਹਿਲਾਂ, ਸੈਲਫ ਮਾਰ ਕੇ ਦੇਖਦੇ ਹਾਂ ਹੁਣ। ਹਾਂ ਵੀ ਸਟਾਰਟ ਹੁੰਦਾ, ਲਓ ਬਈ। ਹਾਂ ਇਹਦਾ ਟਿਕ ਟਿਕ ਜੀ ਕਰਦਾ, ਇਹ ਸੈੱਟ ਕਰਾਉਣੀ ਪਊਣਾ ਜੀ ਪਹਿਲਾਂ। ਹਾਂ ਉਹ ਤਾਂ ਪਾਣੇ ਨਾਲ ਆਪਾਂ ਨਾ ਚਾਬੀ ਲਾ ਕੇ ਸਟਾਰਟ ਕਰਦੇ ਰਹੇ, ਸੋਚ ਲੱਗੀ ਵੀ ਆ। ਹਾਂ ਅੱਜ ਮੈਂ ਬਾਈਕ ਰੂ ਇੱਕਣਾ ਸਟਾਰਟ ਕਰਦੇ। ਹਾਂ ਚੱਕ ਹੋ ਗਿਆ ਸਟਾਰਟ, ਉਹ ਤਾਂ ਪਹਿਲੀ ਚੱਟ ਤੇ। ਹਾਂ ਖਰਾਬ ਆਈ ਉਹਦੇ ਕਰਕੇ ਪੰਨ ਲਾ ਕੇ ਸਟਾਰਟ ਕਰਨਾ ਪੈਂਦਾ, ਸੈੱਟ ਕਰਵਾ ਕੇ ਆਉਣੀ ਆ, ਇਹ ਮੋਡੀਫਾਈ ਕਰਾਵਾਂਗੇ। ਇਹ ਕੀ ਚੀਜ਼ ਆ ਚਾਹੀ? ਅੱਛਾ ਅੱਛਾ, ਠੀਕ ਆ ਠੀਕ ਆ ਠੀਕ ਆ ਠੀਕ ਆ, ਸਿਖਾ ਤੁਸੀਂ। ਬਾਲਾ ਕੁਛ ਲੱਗਦਾ, ਮੈਂ ਇੰਨਾ ਟਰੈਕਟਰ ਤੇ ਦੇਖਿਆ ਨਹੀਂ ਹੈਗਾ, ਬਾਲਾ ਉਹ ਐਡ ਬਣਾ ਬਣਾ ਚਾਬੀ ਨਾਲ ਸੁਣਨਾ ਜਾਦੇ ਆ ਨਾ, ਇਹ ਤੇ ਕੁੱਗੀ ਇੱਥੇ ਕਰਨਾ ਪਿਆ, ਕੁੱਗੀ ਚ ਨੁਕਸਾ ਇਹ ਤਾਂ, ਉਹਨੇ ਕੁੱਗੀ ਨਵੀਂ ਲਾਉਣੀ ਆ ਕਹਿੰਦਾ, ਕੁੱਗੀ ਨਵੀਂ ਆਹ ਉਹਨੇ ਕਿਹਾ ਜਿਹੜਾ ਲੈ ਉਹ ਕਹਿੰਦਾ ਵੀ ਸਟਾਰਟ ਕਰਕੇ ਉਹ ਮਤਲਬ ਲੈ ਆ। ਹਾਂ ਬਸ ਉਹ ਆਹ ਕਰਕੇ ਸਾਫ ਨਹੀਂ, ਸਟਾਰਟ ਕਰਕੇ ਲੈ ਜਾਂਦਾ ਉਹਦੀ ਮਰਦੀ ਹੋਵੇ। ਅੱਛਾ ਜੀ, ਆਪਾਂ ਕਵਰ ਕਰਨ ਲੱਗ ਗਿਆ ਹੁਣ, ਆਹਰੇ ਸ਼ਿਆ ਉੱਪਰ ਦੀ ਲੱਗਣਾ ਇਹਨੇ। ਗਾਈ ਤੁਹਾਨੂੰ ਇੱਕ ਖਾਸ ਚੀਜ਼ ਦਿਖਾਉਣੇ ਆ, ਇਹ ਨਾ ਪੁਰਾਣੀ ਚਾਬੀ ਆ ਮਹਾਰਾਜ, ਆ ਦੇਖੋ ਮੇਡ ਇਨ ਇੰਗਲੈਂਡ ਲਿਖਿਆ ਹੋਇਆ, ਇਹ ਆਪਣੇ ਜਦੋਂ ਬਾਪੂ ਜੀ ਹੁਣਾਂ ਵੇਲੇ ਉਦੋਂ ਕਿਤੇ ਲਿਆਂਦੀ ਹੋਊਗੀ ਚਾਬੀ, ਤੁਸੀਂ ਚਾਬੀ ਦੇਖੋ ਵੀ ਮੋਟੀ ਮੋਟਾਈ ਦੇਖੋ, ਨਿੱਕਰ ਗੰਨੀ ਆ ਚਾਬੀ ਉਹ ਵੀ, ਠੀਕ ਹੈ ਨਾ, ਇਹਦੇ ਆਹ ਨਾ ਇਹਦੇ ਐ ਨਹੀਂ ਹੈਗਾ ਵੀ ਆਹ ਪਹਿਲੂ ਜੇ ਮਰ ਜਾਣਗੇ, ਲੋਹਾ ਬਹੁਤ ਜ਼ਬਰਦਸਤ ਆ, ਲਿਖਿਆ ਹੀ ਮੇਡ ਇਨ ਇੰਗਲੈਂਡ ਹੋਇਆ, ਆਹ ਤਾਂ ਉਹੀ ਲਿਖਣਾ ਹੈ, ਇਹ ਤਾਂ ਹੌਲੀਆਂ ਬਹੁਤ ਨੇ ਇਹਦੇ ਮੂਹਰੇ ਤੇ, ਆਹ ਹੌਲੀਆਂ ਨੇ ਤੇ ਆਹ ਭਾਰੀ ਬਹੁਤ ਆ ਚਾਬੀ, ਇਹ ਪੁਰਾਣੇ ਸਮੇਂ ਦੀ ਆ ਯਾਰ, ਜਿਵੇਂ ਅੰਗਰੇਜ਼ਾਂ ਵੇਲੇ ਦੀ ਆ ਉਦੋਂ ਚਾਬੀ ਆ ਇਹ, ਠੀਕ ਹੈਗੀ ਇੰਗਲੈਂਡ ਦੀ ਬਣੀ ਹੋਈ ਆ ਤਾਂ ਤੁਹਾਨੂੰ ਪਤਾ ਹੀ ਆ। ਹਾਂ ਬਈ, ਆ ਬੈਠਾ ਆਪਣਾ ਜੈਕੀ, ਕੀ ਹਾਲ ਆ ਜੈਕੀ? ਇਹ ਸ਼ਰਾਰਤੀ ਬੱਚਾ ਸਾਡਾ, ਦੇ ਸ਼ਰਾਰਤੀ ਬੱਚਾ ਆ ਸਾਡਾ। ਹਾਂ ਤੇ ਜੈਕੀ ਵੀ ਕਹਿੰਦਾ ਕਹਿੰਦਾ ਸਬਸਕ੍ਰਾਈਬ ਕਰ ਦਿਓ ਕਹਿੰਦਾ ਚੈਨਲ ਨੂੰ, ਜੈਕੀ ਕੀ ਕਰਦੀ ਓਏ, ਓ ਜੈਕੀ ਹਾਂ ਸਬਸਕ੍ਰਾਈਬ ਕਰ ਦਿਓ ਓਏ ਚੈਨਲ ਨੂੰ। ਆ ਪੱਟ ਤੀ ਜੀ ਕਿਹੜਾ ਬਣਾਇਆ ਹੋਇਆ ਤੀ, ਰੱਖ ਕੇ ਨਹੀਂ ਸਫਾਈ ਕਰਦੀ ਥੱਲੇ ਨਾਲੇ ਵਿੱਚੋਂ ਵਿੱਚੋਂ ਕਰਦੇ ਨੇ ਡੂੰਗਾ, ਇਧਰ ਤੇਰੇ ਹੱਥ ਸਾਫ ਨੇ ਓਏ। ਹਾਂ
लिख देना भगत का खूह ठीक है खूह तैयार कर देना ना चलते घर घरे आ गए मिलते आ बैठा अपना एरो की हाल है एरो लैरो हैलो कर एरो हैलो कर बोता हेलो सेकंड गुड बॉय ते आ पाने यार जानवर दे दाने दे विच ते पाउने इन्हां नूं आपां खोह खुल्दे आ हुण आ जाओ आ जाओ आप जानवर सारे कढ़ ले बाहर हमें थोड़े ही है आ जाओ ये जानवर अपने आ गए बाहर देख रहा मैं कुत्ते नहीं कोई रहते नहीं दो चार के रह गए हाँ ये भी आ जाते हैं हौली हौली चल आपे बचे निकले हुए ने ये हूँ तो पेर द्वारा खुडे चाहिए बचे दिखाने हाँ देखो जी बचे छोटे छोटे जने हले तो इधर भी निकले हो गए हाँ देखो इधर भी बचे ने दो चलो हम चल गए वाह थोड़े जे रह गए अंदर वो भी निकल आवे हौली हौली ਤੇ ਉੱਤੇ ਵਾਲੇ ਦਾ ਮੈਂ ਦਾਣਾ ਪਾਇਆ ਤੇ ਉੱਤੇ ਵਾਲਿਆਂ ਨੂੰ ਥੱਲੇ ਵਾਲੇ ਤੀਏ ਛੱਡਤੇ ਦੇਖ ਲਓ ਤੁਸੀਂ ਆਇਓ ਐਰੋ ਪਤਾ ਨਹੀਂ ਕੀ ਕਰਨ ਲੱਗਿਆ ਪਿਆ ਐਰੋ ਰੋਟੀ ਮੈਂ ਸਵੇਰੇ ਪਾ ਕੇ ਦੀ ਦੇਖ ਲੈਣੇ ਰੋਟੀ ਸ਼ਾਇਦ ਖਾਧੀ ਹੋਵੇ देने पता नहीं खा गया यारो हाँ यार उन्हें खा ली भाई रोटी बह जा तू तो सौ जा सारे बाहर निकल आए दो रह गए तो यह कहे जिन्ने के भी कबूतर ने इन्हों बच्चे कढ़ा के ना उत्ते लै जाने उन्होंने सतरी के उत्ते गजा के उत्ते उपर डालेंगे हाँ गर्मियों बाकी जेडे बाकी बंड देंगे हाँ बचे इन्हों लैके जाने हो बाकी उन्होंने दे देंगे ये थले इन्हें हम होर दो चार पल रहे चार बचे हम पल रहे ने दस बारह जोड़े आंडे धरी बैठे ने हाँ जब पालते ने फिर लै जाएंगे उत्ते ये गाने दाने इन्होंने खत्म जो हो गए थे थोड़े ही रहते थे उत्ते नवे दाने लिया के पाने इन्हों भाई जी इन्होंने दाने आप लै ले देखो कि टाइम पता ये दाना हाँ तो नहीं लोग कल कणक जी चारी जाते इन्हों अपने का वधिया दाना पाईदा आपां पूरा हाँ अपना क्वांटल दाना ला लैने आपां देखो ते इहनूं उहदे च पाउणे आ हुण मैं इहदा बणाया होया इहदे च मैं दाने कट्ठे कर लूं इहनां नूं फिर क्योंकि उन्ने क नहीं वेस्ट करदे हैगे वधिया वधिया चुग लैंदे ने ते दूए छड दिंदे ने जिहड़े खराब दाने हुंदे ने ते उहनां नूं पाउणा ही इन्ने क आ वी जिहदे नाल खराब वी ना करन इह दाणियां नूं कौन किवें देखते ने हाँ जी थैंक यू जी थोड़ा लास्ट तक ब्लॉग देखने लिए तो मिलते थोड़ा अगले ब्लॉग के चैनल में कर दो सबसक्राइब वीडियो कर दो लाइक तो कमेंट करना ना भुल्यो बस बाय बाय।